बिस्मिल्लाहिर्रहमानिर्रहीम, अस्सलामुअलैकुम जी मेरी प्यारी सी यूट्यूब फैमिली। उम्मीद कर रही हूं कि खैर से लोगे। तो देखना मेरा यूट्यूब चैनल आमिना शहजादी। तो मैं दुआ तो जी तेरे रास्ते रे वास्ते रे शारो में शबा दाल के सगा परेशानी अल्लाह तआला दे बिल्ड सत दे रे। अरे मैं अकल गाना दे करो बात रोज भाई आमिन मामी तांदी गए चला तोड़े दुआ ना व्लॉग दा गास कर दे। तो गाइस गर्मी दी ਗੱਲਾਂ ਛੱਡ ਦਿਓ, ਇਹਨੇ ਤੱਕ ਕੇ ਅੰਦਰ ਵੀ ਨਹੀਂ ਬੈਠਾ ਜਾਣ ਦਿਆ। ਦੇਖੋ ਤੁਹਾਡੀ ਭੈਣ ਗੱਡੀ 'ਚ ਬੈਠੀ ਆ, ਚਾਰ ਪਾਈ ਡਾ ਕੇ ਕੋਲ ਮੇਰੇ ਬਿਸਮਿਲ੍ਲਾ ਬੈਠੀ ਆ ਸਾਹਮਣੇ। ਹੈਲੋ ਗਾਇਸ, ਸਾਹਮਣੇ ਰੱਖੀ ਆ ਸਬਜ਼ੀ। ਅਤੇ ਮੈਂ ਕਿਹਾ ਚਲੋ ਜਲਦੀ ਜਲਦੀ ਸਬਜ਼ੀ ਬਣਾ ਲਾ, ਵੈਸੇ 3 ਵੱਜ ਗਿਆ ਅਤੇ ਟਾਈਮ ਪਿੱਛੇ ਨਹੀਂ ਰਹਿ ਗਿਆ। ਅਤੇ ਚਲੋ ਜੀ ਹੁਣ ਆਪਾਂ ਸਬਜ਼ੀ ਬਣਾਉਂਦੇ ਹਾਂ। ਅਤੇ ਤੁਸੀਂ ਉਹਨੀ ਦੇ ਚੈਨਲ ਨੂੰ ਲਾਈਕ, ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਤੇ ਪਲੀਜ਼ ਮਿਹਰਬਾਨੀ ਜਿੰਨਾ ਹੋ ਸਕੇ ਮੈਨੂੰ ਸਪੋਰਟ ਕਰੋ। ਹਾਂਜੀ ਗਾਇਸ, ਗਰਮੀ ਗਰਮੀ 'ਚ ਤੁਹਾਨੂੰ ਇਹ ਤਾਂ ਦੱਸਣਾ ਭੁੱਲ ਹੀ ਗਏ ਕਿ ਮੈਂ ਕੀ ਬਣਾਉਣ ਲੱਗੀ ਹਾਂ। ਚਲੋ ਗਾਇਸ ਅੰਦਰ ਸਰ ਮੈਂ ਟੀਂਡੀਆਂ ਬਣਾ ਲੱਗੀਆਂ। ਪਿਆਜ਼ ਦੇਖੋ ਮੇਰੇ ਕੋਲ ਕੱਟੇ ਪਏ ਆ। ਬਿਸਮਿਲ੍ਲਾ ਨਹੀਂ ਹੋਤੀ, ਟੀਂਡੇ ਹੈ, ਟੀਂਡੇ। ਸਾਰੀ ਮੰਮਾ ਬੋਈ ਕਨਫਿਊਜ਼ ਹੋ ਜਾਂਦੀ ਹੂੰ ਗਾਇਸ। ਆਸਤਾ ਆਸਤਾ ਕੁਕਿੰਗ ਦਾ ਬਾਅਦ ਸਿੱਖਾਂਗੇ ਅਤੇ ਬੋਲਣਾ ਵੀ ਆ ਜਾਊ ਕਿਹੜੀ ਸਬਜ਼ੀ ਨੂੰ ਕਿੱਦਾਂ ਕਹਿਣਾ ਅਤੇ ਕਿਹੜੀ ਸਬਜ਼ੀ ਨੂੰ ਕਿੱਦਾਂ। ਆਹ ਪਿਆਜ਼ ਆ ਅਤੇ ਗਾਇਸ ਲਸਣ ਆ। ਬਿਸਮਿਲ੍ਲਾ ਛਿੜਕਾ ਉਤਾਰ ਕੇ ਬੈਠੀਆਂ ਟੀਂਡੀਆਂ ਮੈਚ, ਟੀਂਡੇ ਸਾਰੀ ਮੈਚ ਲੈਂਦੀਆਂ। ਇੱਦਾਂ ਦੇਖੋ ਗਾਇਸ, ਜਾਨਵਰ ਵੀ ਮਿੱਟੀ ਫੁੱਟ ਫੁੱਟ ਕੇ ਵਿਚਾਰੇ ਆਰਾਮ ਕਰਨ ਦੇ ਆ। ਬੜੀ ਮਿਹਰਬਾਨੀ ਹੋਏਗੀ ਭੈਣੇ ਜੇ ਕੋਈ ਨਾ ਜੁਗਾੜ ਲਾ ਕੇ ਨਾ ਪੱਖਾ ਚਲਾ ਦੇ। ਫਿਰ ਆਰਾਮ ਨਾਲ ਇੱਥੇ ਇਸ਼ੂ ਕੱਢਿਆ, ਕਮਰੇ ਚ ਲਾ ਕੇ ਇੱਧਰ ਕੀਤਾ, ਫਿਰ ਪੱਖਾ ਲਗਾਇਆ। ਤੇ ਗਾਇਸ ਹੁਣ ਜਾ ਮੇਰੇ ਨੂੰ ਕੋਈ ਸਕੂਨ ਆਇਆ। ਤੇ ਮੈਂ ਕਿਹਾ ਚਲੋ ਹੁਣ ਮੇਰੀ ਸਬਜ਼ੀ ਵੀ ਜਲਦੀ ਜਲਦੀ ਬਣ ਜਾਊਗੀ, ਕਿਉਂਕਿ ਜਿੰਨੀ ਗਰਮੀ ਆ ਅੱਲਾ ਮੈਂ ਮਾਫ ਕਰੇ। ਗਾਇਸ ਇਹ ਵੀ ਤੁਹਾਨੂੰ ਦੇਖ ਦੱਸਣਾ, ਇਹ ਵੀ ਆਪਣੇ ਗੁਨਾਹਾਂ ਦੀ ਇੱਕ ਮਿਸਾਲ ਹੈ। ਤੁਹਾਨੂੰ ਦੱਸਦਾ ਜਿੰਨੇ ਅੱਜ ਦੁਨੀਆਂ ਗੁਨਾਹ ਕਰਨ ਦੀਆਂ ਨਾ, ਇਹ ਵੀ ਇੱਕ ਮਿਸਾਲ ਆ। ਜਿਹੜੀ ਇਹਨੇ ਹੁਣ ਗਰਮੀ ਪੈਣ ਦੀ, ਤੁਹਾਨੂੰ ਨਮਾਜ਼ ਪੜ੍ਹੀ ਕਰੋ। ਅੱਲਾ ਮੈਂ ਮੈਨੇ 5 ਵਾਰ ਦਾ ਨਮਾਜ਼ ਹੀ ਪੜ੍ਹਾਏ, ਠੀਕ ਹੋ ਗਿਆ ਨਾ ਇਹਨੂੰ ਵੀ। ਚੱਲ ਜਲਦੀ ਕਰ ਲੈ, ਕੀ ਕਰਨ ਦੀਆਂ। ਤਾਂ ਗਾਇਸ ਸਬਜ਼ੀ ਬਣਾਉਣ 'ਚ ਤੁਹਾਨੂੰ ਵੀ ਪਤਾ ਹੋਣਾ ਕਿੰਨਾ ਟਾਈਮ ਲੱਗਦਾ ਵਾ, ਠੀਕ ਹੋ ਗਿਆ ਨਾ। ਅਤੇ ਵੀਡੀਓ ਸੋਰੀ ਬਣਾ 'ਚ ਸਬਜ਼ੀ ਕਾਫੀ ਟਾਈਮ ਲੱਗਦਾ, ਅਤੇ ਜਿੱਦਾਂ ਸਾਲਾਂ ਬਣਾ ਲਈਏ ਕੋਈ ਟਾਈਮ ਨਹੀਂ ਲੱਗਦਾ। ਬਸ ਸਬਜ਼ੀ ਕੱਟਣ ਲੱਗਿਆ ਕਾਫੀ ਟਾਈਮ ਲੱਗਦਾ, ਕਿਉਂਕਿ ਅੰਦਰ ਛਿਲਕਾ ਉਤਾਰਨਾ ਕਾਫੀ, ਫਿਰ ਕੱਟਣਾ ਵਗੈਰਾ। ਸਾਲਾਂ ਜਿੱਦਾਂ ਬਣਾਉਣ 'ਤੇ ਆ ਜਾਏ ਸਿਰਫ 10 ਮਿੰਟ ਲੱਗਦਾ, ਹੋਰ ਕੋਈ ਟਾਈਮ ਨਹੀਂ ਲੱਗਦਾ। ਚਲੋ ਹੁਣ ਮੈਂ ਗੱਲਾਂ ਥੋੜ੍ਹੀਆਂ ਕਰਾਂ ਅਤੇ ਕੰਮ ਜ਼ਿਆਦਾ ਕਰਾਂ। ਹੁਣ ਗਾਇਸ ਮੈਂ ਟੀਂਡੀਆਂ ਛਿੜ ਰਹੀ ਹਾਂ ਜਲਦੀ ਜਲਦੀ 'ਚ। ਅਤੇ ਗਾਇਸ ਮੇਰੇ ਘਰ ਦੇਖੋ ਸੱਟ ਲੱਗੀ, ਪਰਦੇ ਧੋਂਦੀ ਸੀਗੀ ਅਤੇ ਬਹੁਤ ਜ਼ਿਆਦਾ। ਗਾਇਸ ਹਲੇ ਵੀ ਕੋਈ ਚੀਜ਼ ਲੱਗੇ ਅਤੇ ਬਹੁਤ ਜ਼ਿਆਦਾ ਇੱਥੋਂ ਖੂਨ ਨਿਕਲਦਾ ਵਾ, ਦੇਖੋ ਕਾਫੀ ਜ਼ਖਮ ਹੋ ਗਿਆ ਵਾ। ਤੁਸੀਂ ਮੇਰਾ ਹਾਲ ਚਾਲ ਨਹੀਂ ਪੁੱਛਿਆ, ਸੱਚੀ ਮੈਨੂੰ ਸੱਟ ਲੱਗੀ, ਮੈਨੂੰ ਬੜਾ ਅਫਸੋਸ ਆਇਆ। ਮੈਂ ਕਿਹਾ ਮੈਂ ਯੂਟਿਊਬ ਫੈਮਿਲੀ, ਮੇਰਾ ਹਾਲ ਨਹੀਂ ਪੁੱਛਿਆ ਕਿ ਸ਼ਾਹਜਾ ਤੇਰੀ ਚੋਟ ਹਨ ਕਿੱਦਾਂ। ਫਿਰ ਮੈਂ ਸੋਚਿਆ ਮੈਂ ਤਾਂ ਦੱਸਾਂਗੀ ਉਹਨਾਂ ਨੂੰ ਅੱਜ, ਅਤੇ ਫਿਰ ਮੇਰਾ ਹਾਲ ਚਾਲ ਪੁੱਛਣਗੇ। ਅੱਛਾ ਅੱਛੇ ਅੱਛੇ ਕਮੈਂਟ ਕੀਤਾ ਕਰੋ, ਵੀਡੀਓ ਲਾਈਕ ਅਤੇ ਸਬਸਕ੍ਰਾਈਬ ਜੇ ਤੁਸੀਂ ਆ ਨਾ ਕੀਤਾ ਨਾ, ਫਿਰ ਦੇਖ ਲਿਓ। ਫਰਾਈ ਹੋਣ ਵਾਸਤੇ ਠੀਕ ਹੋ ਜਾਣਾ, ਪਰ ਹਲੇ ਤਾਂ ਚੀਜ਼ ਨੂੰ ਕੋਈ ਪਤਾ ਨਹੀਂ ਹੈ। ਜਿੰਨੀ ਗਰਮੀ ਆ ਪੱਖਾਂ 'ਚ ਲਗਾਇਆ ਵਾ, ਦੇਖੋ ਹੁਣ ਅਸੀਂ ਮਜ਼ੇ ਨਾਲ ਬਹਿੰਦੇ ਹਾਂ ਇੱਥੇ ਤਾਂ ਕੰਮ ਸ਼ਾਮ ਕਰਦੇ ਚਲਾ ਰਹੇ ਹਾਂ। ਚੀਜ਼ ਲਿਆ ਕੇ ਦਿਖਾਉਂਦੀ ਹਾਂ, ਤੁਸੀਂ ਵੇਟ ਕਰੋ।
ਪੈਰ ਹੀ ਆਉਂਦੀਆਂ ਵਾ, ਠੀਕ ਨਹੀਂ ਆਉਂਦੀਆਂ। ਗਾਇਜ਼ ਅਸੀਂ ਕਿੰਨੀ ਦਫ਼ਾ ਲਿਆ ਕੇ ਨਾ ਵਾਪਸ ਕਰਕੇ ਆਏ ਹਾਂ। ਫਿਰ ਮੈਂ ਕਿਹਾ ਮੰਮਾ ਤੁਸੀਂ ਢੇਰ ਸਾਰਾ ਮਿਰਚਾਂ ਲਿਆ ਤੇ ਗਾਇਜ਼ ਮਿਰਚਾਂ ਲਿਆ ਕੇ ਇਹਨਾਂ ਨੂੰ ਅਸੀਂ ਦੇਖੋ ਅੱਛੇ ਤਰੀਕੇ ਨਾਲ ਸੁਕਾ ਲਿਆ। ਇਹਨਾਂ ਦਾ ਕਲਰ ਦੇਖੋ ਕਿੱਦਾਂ ਰੈੱਡ ਰੈੱਡ ਹੋ ਗਿਆ ਵਾ। ਅਤੇ ਗਾਇਜ਼ ਇਹਨਾਂ ਨੂੰ ਚੌਕ ਕਰ ਲਓ, ਮੇਰਾ ਮਤਲਬ ਸੁਕਾ ਕੇ ਅੱਛੇ ਤਰੀਕੇ ਨਾਲ ਧੋ ਕੇ ਰੱਖੋ, ਫਿਰ ਇਹਨਾਂ ਨੂੰ ਗ੍ਰੈਂਡ ਕਰ ਦਿੱਤਾ। ਗਾਇਜ਼ ਮੈਂ ਗ੍ਰੈਂਡ ਕੀਤੀ ਆ, ਉਹ ਵੀ ਤੁਹਾਨੂੰ ਅੱਜ ਦਿਖਾਉਣੀ ਆ। ਜਾਂ ਆਪਣਾ ਹੁਣ ਖਾ ਕੇ ਲਓ ਜੋ ਮੈਂ ਗ੍ਰੈਂਡ ਕਰਕੇ ਦਿੱਤੀ। ਹਾਂਜੀ ਗਾਇਜ਼, ਆਹ ਦੇਖੋ ਮੈਂ ਚੌਪ ਵੀ ਗ੍ਰੈਂਡ ਕੀਤੀਆਂ ਸੀਗੀਆਂ। ਦੇਖੋ ਕਿੰਨੀਆਂ ਮਾਸ਼ਾਅੱਲਾ ਪਿਆਰੀਆਂ ਅਤੇ ਕਿੰਨੇ ਅੱਛੇ ਤਰੀਕੇ ਨਾਲ ਬਰੀਕ ਤਰੀਕੇ ਨਾਲ ਗ੍ਰੈਂਡ ਹੋ ਗਿਆ ਵਾ। ਅਤੇ ਗਾਇਜ਼ ਉਧਰ ਘੀ ਵੀ ਗਰਮ ਹੋ ਗਿਆ ਵਾ, ਹੋਰ ਜਾਂ ਮੈਂ ਟੀਂਡੇ ਵਿੱਚ ਐਡ ਕਰਕੇ ਆਈ। ਚਲੋ ਆਓ, ਚਲੋ ਗਾਇਜ਼ ਟੀਂਡੇ ਆਪਾਂ ਵਿੱਚ ਐਡ ਕਰਕੇ ਹੁਣ ਆਪਾਂ ਇਹਦੀ ਦੇਖਦੇ ਨੇ ਪਲੇਟ, ਇਹਨੂੰ ਫਿਰ ਫਰਾਈ ਹੋਰ ਵਾਰ ਰੱਖ ਰੱਖ ਦਿੰਦੇ। ਅਤੇ ਗਾਇਜ਼ ਆਉਂਦਾ ਮੈਨੂੰ ਪਿੱਛੇ ਇੰਨਾ ਕਨਫਿਊਜ਼ ਕੀਤੀ ਜਾਂਦੀਆਂ ਨੇ, ਤਾਂ ਇੱਕ ਦਫ਼ਾ ਮੈਂ ਪਲੇਟ ਲਿਆ ਕੇ ਰੱਖ ਲਾ, ਫਿਰ ਤੇਰਾ ਲਾਦ ਕਰਨੀ। ਹਾਂਜੀ ਗਾਇਜ਼, ਮੈਂ ਹੁਣ ਤਿੰਨ ਚੀਜ਼ਾਂ ਨੂੰ ਨਾ ਕੁੱਟ ਰਹੀ ਹਾਂ, ਲਸਣ, ਹਰੀਆਂ ਮਿਰਚਾਂ ਅਤੇ ਪਿਆਜ਼। ਇਹਨਾਂ ਅੱਛੇ ਤਰੀਕੇ ਨਾਲ ਮੈਂ ਚੁੱਪ ਕਰ ਰਹੀ ਹਾਂ। ਮੰਮਾ ਕਹਿੰਦੀ ਜਿਹੜੇ ਆਪਾਂ ਕਿਹੜਾ ਪਾਰਕ ਪਕਾਉਣ ਲੱਗੇ, ਤੁਸੀਂ ਆਪਾਂ ਕੱਟ ਕੇ ਬਣਾ ਲਵਾਂਗੇ ਅਤੇ ਉਹ ਜਿਹੜੇ ਪਾਰਕ ਬਣਾਉਂਦੇ ਨਾ ਉਸ ਤੋਂ ਵੀ ਜ਼ਿਆਦਾ ਮਜ਼ੇਦਾਰ ਲੱਗਣਗੇ। ਅਤੇ ਮੈਂ ਕਿਹਾ ਚਲੋ ਠੀਕ ਆ, ਅਤੇ ਬਿਸਮਿਲ੍ਲਾ ਕੁੱਟ ਕੀ ਕਰ ਰਹੀ? ਬਿਸਮਿਲ੍ਲਾ ਤੁਹਾਨੂੰ ਖੁਦ ਦੱਸੇਗੀ। ਹਾਂਜੀ ਬਿਸਮਿਲ੍ਲਾ, ਕਿਆ ਕਰ ਰਹੇ ਹੋ? ਹਾਂਜੀ ਗਾਇਜ਼, ਮੈਂ ਟਮਾਟਰ ਕੱਟ ਰਹੀ ਹਾਂ। ਗਾਇਜ਼ ਪੰਜਾਬੀ ਬੋਲ। ਗਾਇਜ਼ ਬਿਸਮਿਲ੍ਲਾ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਲੋਗਿੰਗ ਕਰਨੀ ਹੈ। ਮੈਂ ਕਿਹਾ ਚੱਲ ਖੁਸ਼ੀ ਖੁਸ਼ੀ ਆਪਾਂ ਦੋਨੇ ਪੈਣਾ ਵਾ, ਅਤੇ ਚਲੋ ਆਪਣਾ ਵਲੋਗ ਵੀ ਜ਼ਬਰਦਸਤ ਬਣ ਜਾ ਗਿਆ। ਵਿਵਰਾਂ ਨੂੰ ਜਿਹੜੇ ਨਹੀਂ ਦੇਖਦੇ ਉਹ ਕਿ ਪਹਿਲਾਂ ਦੇਖਣ ਲੱਗ ਪੈਣ, ਠੀਕ ਹੋ ਗਿਆ। ਅਤੇ ਬਿਸਮਿਲ੍ਲਾ ਹੁਣ ਗੱਲਾਂ ਹੀ ਨਹੀਂ ਕਰਦੀ, ਮੈਨੂੰ ਤਾਂ ਇਹਦੀ ਸਮਝ ਆਉਂਦੀ। ਅਤੇ ਗਾਇਜ਼ ਜਿੱਦਾਂ ਵੀਡੀਓ ਤੋਂ ਬਾਅਦ ਨਾ ਇੰਨੀਆਂ ਇਹਨੂੰ ਗੱਲਾਂ ਆਉਂਦੀਆਂ, ਮੈਂ ਕਹਿੰਦੀ ਜਦੋਂ ਵੀਡੀਓ ਕਰੀ ਉਦੋਂ ਤੈਨੂੰ ਗੱਲਾਂ ਨਹੀਂ ਆਉਂਦੀਆਂ। ਚਲੋ ਹੁਣ ਮੈਂ ਜਲਦੀ ਜਲਦੀ ਆਇਆ ਚੌਕਾਂ ਨਾਲ ਵੀ ਵਿੱਚ ਪਾ ਕੇ ਕੁੱਟ ਲਾਂ ਇਹਨਾਂ ਨੂੰ। ਬਿਸਮਿਲ੍ਲਾ ਕਿੰਨੇ ਕੁ ਢੇਰ ਆ ਹੁਣ ਤੈਨੂੰ? ਬਸ ਦੋ ਲੈਣੇ। ਚੱਲ ਜਲਦੀ ਕਰ ਲਾ ਮੇਰੀ ਭੈਣ, ਜਲਦੀ ਕਰ, ਗਰਮੀ ਬੜੀ ਆ। ਲੋ ਗਾਇਜ਼ ਇਹਨਾਂ ਨੂੰ ਮੈਂ ਨਾ ਅੱਛੇ ਤਰੀਕੇ ਨਾਲ ਕੁੱਟ ਲਾਂ। ਹਾਂਜੀ ਗਾਇਜ਼, ਮਿਰਚਾਂ ਐਡ ਕਰਦੇ ਹਾਂ ਅਤੇ ਨਮਕ ਐਡ ਕਰਦੇ ਹਾਂ। ਚਲੋ ਗਾਇਜ਼ ਹੁਣ ਇਹਨਾਂ ਨੂੰ ਥੋੜ੍ਹਾ ਜਿਹਾ ਕੁੱਟ ਲਈਏ, ਵਿੱਚ ਮਿਕਸ ਕਰ ਲਈਏ। ਚਲੋ ਗਾਇਜ਼ ਜਲਦੀ ਜਲਦੀ ਲੱਗ ਕਰੀਏ ਅਤੇ ਵਿੱਚ ਕਰੀਏ ਐਡ, ਕਿਉਂਕਿ ਇੱਦਾਂ ਆਪਣੇ ਟਿੰਡੇ ਵੀ ਗਾਇਜ਼ ਫਰਾਈ ਹੋ ਗਏ ਨੇ। ਟਮਾਟਰ ਐਡ ਕਰੋ। ਹਾਂਜੀ ਨਹੀਂ, ਇਸ ਉੱਪਰ ਜੋ ਦੇਣੀ ਉਹ ਦੇ। ਚਲੋ ਗਾਇਜ਼ ਹੁਣ ਆ ਜਿਹੜੀ ਆਪਾਂ ਚੀਜ਼ਾਂ ਵਗੈਰਾ ਕੁੱਟੀਆਂ ਸੀ ਸਾਰੀਆਂ ਇਹਦੇ ਵਿੱਚ ਐਡ ਕਰੀਏ। ਨੀਚੇ ਤੇ ਨੰਬਰ ਆਓ ਹੋ ਗਿਆ ਤਿਆਰ, ਖੁਸ਼ਬੂ ਬਹੁਤ ਜ਼ਬਰਦਸਤ ਆਉਂਦੀ ਆ। ਤੇ ਚਲੋ ਗਾਇਜ਼ ਹੁਣ ਆਪਾਂ ਉੱਪਰ ਨਾਲ ਜੇ ਧਨੀਆ ਬਰੀਕ ਬਰੀਕ ਕੱਟ ਕੇ ਰੱਖਾ ਸੀਗਾ ਤੇ ਹੁਣ ਇਹਦੇ ਉੱਪਰ ਆਪਾਂ ਡਾਲਦੇ ਹਾਂ।
ਤੇ ਹੁਣ ਕਰਦੇ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਰਾਵਾਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਈ ਲਾਈਕ ਕਰ ਸਬਸਕ੍ਰਾਈਬ ਕਰ ਤਾਂ ਖੈਰ ਨਹੀਂ ਵੀਡੀਓ ਬਾਅਦ ਸਾਨੇ ਆ ਮੇਰੇ ਪਿਆਰੇ ਭਰਾਵਾਂ ਤੱਕ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।